ਪੰਜਾਬੀ ਸਟੇਸ਼ਨ ਦੇਖ ਰਹੇ ਹੋ ਤੁਸੀਂ। ਨਾਭਾ ਜੇਲ੍ਹ ਤੋੜਨ ਵਾਲੇ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਵਾਪਸ ਲਿਆਂਦਾ ਗਿਆ ਅਤੇ ਜਦੋਂ ਇਹਨਾਂ ਦੀ ਵਾਪਸੀ ਹੋਈ ਤਾਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਜਿੱਥੇ ਕਿ ਭਾਰਤ ਸਰਕਾਰ ਵੱਲੋਂ ਇਹ ਹਾਂਗਕਾਂਗ ਸਰਕਾਰ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਜਦੋਂ ਵੀ ਰੋਮੀ ਜਿਹੜਾ ਉਹ ਪੰਜਾਬ ਆਵੇਗਾ ਇਹਦਾ ਰਿਮਾਂਡ ਨਹੀਂ ਮੰਗਿਆ ਜਾਵੇਗਾ। ਇਸ ਕਰਕੇ ਮਾਣਯੋਗ ਅਦਾਲਤ ਵੱਲੋਂ ਜਿਹੜਾ ਉਹਦਾ ਰਿਮਾਂਡ ਨਹੀਂ ਦਿੱਤਾ ਗਿਆ, ਸਿੱਧਾ ਜੇਲ੍ਹ ਭੇਜ ਦਿੱਤਾ ਗਿਆ। ਪਰ ਜਦੋਂ ਰਿਮਾਂਡ ਕੋਈ ਨਹੀਂ, ਫਿਰ ਹੁਣ ਪੁੱਛਗਿੱਛ ਕਿਸ ਤਰ੍ਹਾਂ ਜਿਹੜੀ ਪੁਲਿਸ ਹੈ ਉਹ ਕਰ ਸਕਦੀ ਹੈ ਅਤੇ ਜ਼ਿਆਦਾ ਉਹਨੂੰ ਟੋਰਚਰ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਇੰਟਰਨੈਸ਼ਨਲ ਕਾਨੂੰਨ ਜਿਹੜੇ ਨੇ ਉਹਨਾਂ ਦੀ ਪਾਲਣਾ ਕਰਨੀ ਪੈਣੀ ਪੰਜਾਬ ਪੁਲਿਸ ਨੂੰ। ਅਤੇ ਫਿਰ ਕਿਤੇ ਨਾ ਕਿਤੇ ਇੰਝ ਤਾਂ ਨਹੀਂ ਲੱਗਦਾ ਕਿ ਚਿੱਟਾ ਹਾਥੀ ਲਿਆ ਕੇ ਪੰਜਾਬ ਪੁਲਿਸ ਨੇ ਬੰਨ ਲਿਆ ਜਿਹਦੇ ਕੋਲੋਂ ਕੁਝ ਵੀ ਆਪਾਂ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ ਜ਼ਿਆਦਾ ਉਹਦੇ ਕੋਲੋਂ ਆਪਾਂ ਪੁੱਛਗਿੱਛ ਵੀ ਨਹੀਂ ਕਰ ਸਕਦੇ, ਜ਼ਿਆਦਾ ਉਹਨੂੰ ਟੋਰਚਰ ਵੀ ਨਹੀਂ ਕਰ ਸਕਦੇ ਅਤੇ ਉਹਦਾ ਜਿਹੜਾ ਪੁਲਿਸ ਰਿਮਾਂਡ ਜਿਹੜਾ ਉਹ ਵੀ ਨਹੀਂ ਲਿਆ ਜਾ ਸਕਦਾ। ਪਰ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਯਾਦ ਕਰਾ ਦਈਏ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤੁਸੀਂ ਕ੍ਰਾਈਮ ਕਰਕੇ ਬੇਸ਼ੱਕ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਲੁਕ ਜਾਓ, ਜੇਕਰ ਸਰਕਾਰਾਂ ਚਾਹੁਣ ਤਾਂ ਉਹ ਤੁਹਾਨੂੰ ਵਾਪਸ ਬੁਲਾ ਸਕਦੀਆਂ। ਜਿਹਦੀ ਕਿ ਉਦਾਹਰਣ ਜਿਹੜੀ ਆ ਉਹ ਰੋਮੀ ਜਿਹੜੀ ਉਹਦੀ ਉਦਾਹਰਣ ਆ, ਜਿਹਨੂੰ ਕਿ ਹਾਂਗਕਾਂਗ ਦੀ ਜੇਲ੍ਹ ਦੇ ਵਿੱਚੋਂ ਵਾਪਸ ਲਿਆਂਦਾ ਗਿਆ। ਇਹ ਉਹੀ ਰੋਮੀ ਆ ਜਿਹੜਾ 2018 ਦੇ ਵਿੱਚ ਨਾਭਾ ਦੀ ਜੇਲ੍ਹ ਤੋੜ ਕੇ ਜਿਹੜਾ ਇੱਥੋਂ ਭੱਜ ਗਿਆ ਸੀ ਅਤੇ ਪੁਲਿਸ ਦੇ ਹੱਥ ਨਹੀਂ ਆਇਆ ਸੀ ਅਤੇ ਜਾਂਦਾ ਜਾਂਦਾ ਜਿਹੜਾ ਉਹ ਹਾਂਗਕਾਂਗ ਦੇ ਵਿੱਚ ਜਾ ਕੇ ਲੁੱਕ ਗਿਆ ਸੀ। ਅਪਡੇਟ ਹੈਗੀ ਹੈ ਕਿ ਜਿਹੜਾ ਅਕਿਊਜ਼ ਰਮਨਜੀਤ ਸਿੰਘ ਰੋਮੀ ਮੈਕਸੀਮ ਸਿਕਿਉਰਿਟੀ ਜੇਲ੍ਹ ਨਾਭਾ ਦਾ ਜਿਹੜਾ ਅਕਿਊਜ਼ ਹੈਗਾ ਸੀ, ਮੇਨ ਮਾਸਟਰ ਮਾਇੰਡ ਹੈਗਾ ਸੀ, ਉਹਨੂੰ ਅੱਜ ਹਾਂਗਕਾਂਗ ਤੋਂ ਜਿਹੜਾ ਅਸੀਂ ਐਕਸਟ੍ਰਾਡਾਈਟ ਕਰਕੇ ਲੈ ਕੇ ਆਏ ਹਾਂ। ਉਹਦਾ ਹੁਣ ਜਿਹੜਾ ਹੈਗਾ ਜੱਜ ਸਾਹਿਬ ਦੇ ਪੇਸ਼ ਕੀਤਾ ਸੀ, ਹੁਣ ਇਹਦਾ ਮੈਡੀਕਲ ਜਿਹੜਾ ਹੈਗਾ ਇੱਥੇ ਸਿਵਲ ਹੋਸਪਿਟਲ ਨਾਭਾ ਤੋਂ ਕਰਵਾਇਆ, ਹੁਣ ਇਹਨੂੰ ਹੈਗਾ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਲੈ ਕੇ ਇਲਾਜ ਕਰਾਉਣਾ ਹੈ। ਨਹੀਂ, ਉਹ ਸਾਰਾ ਜਿਹੜਾ ਹੈਗਾ ਬਾਅਦ ਦੇ ਵਿੱਚ ਹੈਗਾ, ਫਿਲਹਾਲ ਅਸੀਂ ਜਿਹੜਾ ਇਹ ਜਿਹੜੀ ਹੈਗੀ ਆ ਇਟਸ ਅ ਮੈਟਰ ਆਫ ਪ੍ਰਾਊਡ ਫੋਰ ਦੀ ਪੰਜਾਬ ਪੁਲਿਸ, ਜਿਹੜਾ ਹੈਗਾ ਸਾਡੀ ਪੰਜਾਬ ਪੁਲਿਸ ਮਾਨਯੋਗ DGP ਸਾਹਿਬ, ਸਾਡੇ ਮਿਸ ਗੌਰਵ ਯਾਦਵ ਉਹਨਾਂ ਦੀ ਰਹਿਨਮਈ ਹੇਠ, ਸਾਡੇ ਜਿਹੜੀ ਹੈਗੀ ਸਰਕਾਰ ਵੱਲੋਂ ਜਿਹੜੀ ਹੈਗੀ ਹੈ, ਜਿਹੜੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਸਪੋਰਟ ਅਤੇ ਸਟ੍ਰਿਕਟ ਜਿਹੜਾ ਹੈਗਾ ਗੈਂਗਸਟਰਸ ਦੇ ਖਿਲਾਫ ਐਕਸ਼ਨ ਲੈਣ ਦੀ ਜਿਹੜੀ ਨੀਤੀ ਹੈਗੀ ਹੈ, ਉਹਦੇ ਤਹਿਤ ਸਾਰਾ ਜਿਹੜੀ ਕਾਮਯਾਬੀ ਮਿਲੀ। ਮੈਡੀਕਲ ਕਰਵਾਇਆ ਹੈਗਾ, ਲੱਗਦਾ ਹੈਗਾ ਕਿ ਜਿਸ ਤਰ੍ਹਾਂ ਬਾਹਰਲੀ ਕੰਟਰੀ ਦੇ ਵਿੱਚ ਸੀਗੇ, ਸੋ ਸੀਗਾ ਸ਼ੰਕਾ ਕਿਸੇ ਚੀਜ਼ ਨੂੰ ਲੈ ਕੇ? ਨਹੀਂ ਜੀ, ਠੀਕ ਹੈ, ਆਲ ਰਾਈਟ।
ਅਕਿਊਜ਼ਡ ਹੈਗਾ ਸੀ ਇੱਕ ਆਪਣੀ ਜਿਹੜੀ ਨਾਭਾ ਜੇਲ੍ਹ ਬ੍ਰੇਕ 2016 ਦੇ ਵਿੱਚ ਹੋਈ ਸੀ ਮਾਸਟਰ ਮਾਇੰਡ ਸੀ। ਅੱਜ ਉਹਨੂੰ ਹਾਂਗਕਾਂਗ ਤੋਂ ਜਿਹੜੀ ਹੈਗੀ ਆ ਅਥਾਰਟੀਜ਼ ਤੋਂ ਅਸੀਂ ਕਸਟਡੀ ਲੈ ਕੇ ਉਹਦੀ ਆਏ ਸੀ, ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈਗੀ ਸਾਰੇ, ਤਾਂ ਉਸ ਤੋਂ ਬਾਅਦ ਅੱਜ ਹੁਣ ਲਿਆ ਕੇ ਇਹਨੂੰ ਜੱਜਾਂ ਦੇ ਪੇਸ਼ ਕੀਤਾ ਕੋਰਟ ਦੇ ਵਿੱਚ, ਤਾਂ ਇਹਦਾ ਜਿਹੜਾ ਹੈਗਾ ਅਸੀਂ ਇਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਰਹੇ ਹਾਂ। ਕਿਹੜੀ ਜੇਲ੍ਹ ਵਿੱਚ ਸਰ? ਹਲੇ ਜਿਹੜੇ ਹੈਗੇ ਨਿਊ ਜੇਲ੍ਹ ਨਾਭਾ ਦੇ ਵਿੱਚ ਭੇਜ ਰਹੇ ਹਾਂ। ਜਿਹੜਾ 2016 ਦੇ ਵਿੱਚ 1 ਨਵੰਬਰ ਮਹੀਨੇ ਦੇ ਵਿੱਚ ਨਾਭਾ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ ਬ੍ਰੇਕ ਹੋਈ ਸੀ, ਉਹਦੇ ਵਿੱਚ ਇਹਦਾ ਜਿਹੜਾ ਹੈਗਾ ਮੇਨ ਮਾਸਟਰ ਮਾਇੰਡ ਦਾ ਰੋਲ ਫਿਗਰ ਆਊਟ ਹੋਇਆ ਸੀ, ਜੋ ਇਹਦੀ ਜਿਹੜੀ ਹੈਗੀ ਐਕਸਟ੍ਰਾਡੀਸ਼ਨ ਵਾਸਤੇ ਰਿਕੁਐਸਟ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ ਵੱਲੋਂ ਸਾਰਾ ਕੇਸ ਜਿਹੜਾ ਹੈਗਾ ਮੂਵ ਕੀਤਾ ਗਿਆ ਸੀ, ਜੋ ਲੌਂਗ ਲੀਗਲ ਪ੍ਰੋਸੈਸ ਤੋਂ ਬਾਅਦ ਜਿਹੜਾ ਹੈਗਾ ਇਹ ਫਾਈਨਲਾਈਜ਼ ਹੋਇਆ, ਤਾਂ ਉਹਦੇ ਫਾਈਨਲ ਜਿਹੜੇ ਸਰੈਂਡਰ ਆਰਡਰ ਆਫ ਸਰੈਂਡਰ ਪਾਸ ਹੋਣ ਤੋਂ ਬਾਅਦ ਇਹਨੂੰ ਲੀਗਲ ਪ੍ਰੋਸੈਸ ਦੇ ਨਾਲ ਲੈ ਕੇ। ਸਰ ਪੁਲਿਸ ਪੁੱਛਗਿੱਛ ਕਿਵੇਂ ਕਰੇਗੀ ਇਸ ਤੋਂ? ਪੁੱਛਗਿੱਛ ਕਿਵੇਂ ਹੋਏਗਾ ਖਿਲਾਫ? ਉਹ ਸਾਡਾ ਅੱਗੇ ਫਰਦਰ ਹੈਗਾ, ਅਸੀਂ ਹਲੇ ਇਹਨੂੰ ਜੁਡੀਸ਼ੀਅਲ ਭੇਜ ਰਹੇ ਹਾਂ। ਪੁਲਿਸ ਦੀ ਵੀ ਕਾਫੀ ਮਿਹਨਤ ਇਸ ਵਿੱਚ ਲੱਗੀ ਆ, ਕਿਸ ਤਰ੍ਹਾਂ ਦੀ? ਕਿੰਨੀ ਮਿਹਨਤ? ਸਾਰੇ ਐਫਰਟ, ਸਾਰੀ ਏਜੰਸੀਜ਼, ਸਾਰੇ ਸਾਡੇ ਜਿਹੜੇ ਹੈਗੇ ਨੇ ਵਿੱਚ ਗਵਰਨਮੈਂਟ ਦਾ ਜਿਹੜਾ ਹੈਗੀ ਸਪੋਰਟ ਹੈਗੀ ਆ, ਐਂਡ ਪਲੱਸ ਸਾਡੇ ਮਾਨਯੋਗ DGP ਸਾਹਿਬ ਦੀ ਜਿਹੜੀ ਹੈਗੀ ਉਹਨਾਂ ਦੀ ਗਾਈਡੈਂਸ ਹੈਗੀ ਆ, ਐਂਡ ਸਾਰੇ ਏਜੰਸੀਜ਼ ਨੇ ਜਿਹੜਾ ਹੈਗਾ ਰਲ ਕੇ। ਸਰ ਹਾਂਗਕਾਂਗ ਕਿੰਨਾ ਟਾਈਮ ਲੱਗਿਆ ਜੀ? ਕਰੀਬ 6 ਸਾਲ ਤੋਂ ਉੱਥੇ ਹੈਗਾ ਸੀ ਜੇਲ੍ਹ ਦੇ। ਥੈਂਕ ਯੂ ਜੀ। ਔਰ ਉਸ ਬੇਸਿਸ 'ਤੇ ਪੁਲਿਸ ਮਾਂਡ ਨਹੀਂ ਹੋਇਆ, ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਗਿਆ 6-9 ਵਾਸਤੇ, ਔਰ ਸੈਂਟਰਲ ਜੇਲ੍ਹ ਨਾਭਾ ਵਿੱਚ, ਨਿਊ ਜੇਲ੍ਹ ਨਾਭਾ ਵਿੱਚ ਇਹਨਾਂ ਨੂੰ ਰੱਖਿਆ ਜਾਵੇਗਾ। ਲੱਗਦਾ ਵੀ ਇਹ ਫਰਦਰ ਅੱਗੇ ਪੁਲਿਸ ਕਿਸੇ ਤਰੀਕੇ ਨਾਲ ਬਿਕੋਜ਼ ਇਹ 2 ਕੇਸ ਸੀਗੇ ਜਿਨ੍ਹਾਂ 'ਚ ਇਹਨਾਂ ਨੇ ਆਪਣਾ ਐਫਿਡ ਫਾਈਲ ਕੀਤਾ ਸੀਗਾ ਕਿ ਅਸੀਂ ਰਿਮਾਂਡ ਨਹੀਂ ਲਵਾਂਗੇ, ਜੋ 1-2 ਕੰਟਰੀ ਦੇ ਵਿੱਚ ਐਕਸਟ੍ਰੈਡੀਸ਼ਨ ਟ੍ਰੀਟੀ ਸੀਗੀ, ਔਰ ਉਹ ਤਾਂ ਇਹਨਾਂ ਨੂੰ ਕਰਨਾ ਹੀ ਪੈਣਾ ਸੀਗਾ ਉਹਦੇ ਜੋ ਕੰਪਲਾਈ ਜੋ ਕੰਡੀਸ਼ਨ ਸੀਗੀਆਂ, ਔਰ ਹੋਪਫੁਲੀ ਕਿ ਇਹਨਾਂ ਨੇ ਕੋਰਟ ਦੇ ਵਿੱਚ ਨਹੀਂ ਲੈਣਗੇ ਔਰ ਅੱਗੇ ਵੀ ਨਹੀਂ ਲੈਣਗੇ, ਕਿਉਂਕਿ ਅੱਜ ਜੁਡੀਸ਼ੀਅਲ ਭੇਜਤਾ, ਜੇ ਲੈਣਾ ਹੁੰਦਾ ਤਾਂ ਆਈ ਥਿੰਕ ਅੱਜ ਉਹ ਕੁਛ ਕਰਦੇ, ਔਰ ਪਰ ਜੱਜ ਸਾਹਿਬ ਨੂੰ ਸਾਰੀ TT ਬਾਰੇ ਅਸੀਂ ਦੱਸਿਆ ਗਿਆ ਔਰ ਉਹਨਾਂ ਨੇ ਕਿਹਾ ਠੀਕ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ। 60 ਨੰਬਰ FIR ਸੀਗੀ, ਉਸ 'ਚ ਵੀ ਇਹ ਸੀਗੇ ਅਤੇ 142 ਅਤੇ 2 ਹੋਏ ਜਿਹੜੇ 2 FIR ਨੇ ਜੀ, 60 ਨੰਬਰ ਔਰ 142। 142 ਜਿਹੜੀ ਹੈ ਪ੍ਰੋਡਕਸ਼ਨ ਵਾਰੰਟ 'ਤੇ ਲਿਜਾ ਸਕਦੀ ਹੈ ਪੁਲਿਸ ਜੇਲ੍ਹ 'ਚੋਂ ਕਿਸੇ ਟਾਈਮ ਵੀ? ਜੋ ਲੈਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪੂਰਾ ਉਸਨੂੰ ਕੰਟੈਸਟ ਕਰਾਂਗੇ, ਕਿਉਂਕਿ ਨਹੀਂ ਲੈ ਕੇ ਜਾ ਸਕਦੇ ਐਸ ਪਰ ਰੂਲਸ। ਇਹਨਾਂ ਨੇ ਉੱਥੇ ਫਰੋਮ ਦੀ ਗਵਰਨਮੈਂਟ ਆਫ ਇੰਡੀਆ ਇਹਨਾਂ ਨੇ ਆਪਣੇ ਐਫਿਡ ਫਾਈਲ ਕੀਤੇ ਹੋਏ ਆ ਕਿ ਪੁਲਿਸ ਮਾਂਡ ਨਹੀਂ ਲਿਆ ਜਾਏਗਾ। 8 ਸਾਲ ਬਾਅਦ ਲੈ ਕੇ ਆਏ ਆ ਭਾਰਤ, ਅੱਜ ਪੰਜਾਬ ਲੈ ਕੇ ਆਏ, ਪੇਸ਼ ਕੀਤਾ, ਇੱਦਾਂ ਦੇ ਬਹੁਤ ਲੰਬਾ ਟਾਈਮ। ਇਸ ਤਰ੍ਹਾਂ ਹੈ ਜੀ ਕਿ ਐਵੀਡੈਂਸ ਦੇਖਿਆ ਜਾਏਗਾ ਕਿ ਰੋਮੀ ਦੇ ਖਿਲਾਫ਼ ਕੋਈ ਐਵੀਡੈਂਸ ਹੈ ਜਾਂ ਨਹੀਂ ਹੈ। ਇਹਨਾਂ ਨੇ ਜੋ ਐਵੀਡੈਂਸ ਉੱਥੇ ਦਿੱਤਾ ਉਹ ਦੇਖਦੇ ਕੀ ਲੈ ਕੇ ਆਉਂਦੇ ਨੇ ਇੱਥੇ ਐਵੀਡੈਂਸ, ਪਰ ਐਜ਼ ਪਰ ਮਾਈ ਵਿਊਜ਼ ਦੇਖਦੇ ਆ ਐਵੀਡੈਂਸ ਕੀ ਲੈ ਕੇ ਆਉਂਦੇ ਨੇ ਜੀ। ਇਹ ਗੱਲ ਨੂੰ ਮੁੱਖ ਰੱਖ ਕੇ ਲੈ ਕੇ ਆਏ ਨੇ ਜੀ। ਇਹਨਾਂ ਦਾ ਕਹਿਣਾ ਇਹ ਸੀਗਾ ਕਿ ਇਸਨੇ ਕੋਈ ਫੰਡਿੰਗ ਕੀਤੀ ਹੈ, ਜੋ ਨਾਭਾ ਜੇਲ੍ਹ ਬ੍ਰੇਕ ਦੇ ਕੁਛ ਲੋਕ ਸੀਗੇ ਉਹਨਾਂ ਨੂੰ ਉੱਥੋਂ ਦੀ ਭਜਾਉਣ ਦੇ ਵਾਸਤੇ ਫੰਡਿੰਗ ਕੀਤੀ ਹੈ, ਬਟ ਐਵੀਡੈਂਸ ਕੀ ਹੈ ਉਹ ਹੁਣ ਟ੍ਰਾਇਲ ਦੇ ਵਿੱਚ ਸਾਬਤ ਹੋਏਗਾ। ਤੇ ਜਿੱਧਰ ਰੋਮੀ ਹੈਗਾ ਸੀ ਜੀ, ਉੱਧਰ ਕਿੰਨਾ ਟਾਈਮ ਕੇਸ ਚੱਲਿਆ? ਉੱਥੇ ਨੀਅਰ ਅਬਾਊਟ 6.5 ਸਾਲ ਦੀ ਕਸਟਡੀ ਜਿਹੜੀ ਆ ਉੱਥੇ ਇਨ ਕਸਟਡੀ ਰਿਹਾ, ਉੱਥੇ ਕੇਸ ਚੱਲਿਆ। 142 ਦਾ ਜਿਹੜੇ ਸਜ਼ਾ ਵੀ ਹੋ ਚੁੱਕੀ ਹੈ, 20 ਬੰਦੇ ਨੂੰ 2 ਬਰੀ ਕੀਤੇ ਗਏ ਆ, 10 ਸਾਲ ਦੀ ਸਜ਼ਾ ਹੋਈ ਹੈ, ਉਸ 'ਚ ਫਿਰ ਦੁਬਾਰਾ ਇਹਨਾਂ ਨੂੰ ਕਿਉਂ ਇਨਵੋਲਵ ਕੀਤਾ ਗਿਆ? ਮੈਂ ਉਹੀ ਦੱਸਿਆ ਤੁਹਾਨੂੰ ਕਿ ਇਹਨਾਂ ਦੇ ਖਿਲਾਫ਼ ਐਲੀਗੇਸ਼ਨ ਇਹ ਸੀਗੇ ਕਿ ਇਹਨਾਂ ਨੇ ਉਸ ਟਾਈਮ ਜਦੋਂ ਇਹ ਵਾਰਦਾਤ ਸਾਰੀ ਹੋਈ ਤਾਂ ਕੁਛ ਲੋਕਾਂ ਨੂੰ ਫੰਡਿੰਗ ਕੀਤੀ ਸੀਗੀ, ਭਜਾਉਣ 'ਚ ਮਦਦ ਕੀਤੀ ਹੈ, ਕੁਛ ਫੰਡਸ ਭੇਜੇ ਆ ਬਾਹਰੋਂ। ਹੁਣ ਉਹ ਫੰਡਸ ਕਿਆ ਵਾਕਈ ਇਸ ਚੀਜ਼ ਵਾਸਤੇ ਸੀਗੇ ਜਾਂ ਭੇਜੀਆਂ ਜਾਂ ਨਹੀਂ ਭੇਜੀਆਂ, ਇਸ ਨੇ ਭੇਜੀਆਂ, ਉਹ ਟ੍ਰਾਇਲ ਦੇ ਵਿੱਚ ਸਾਬਤ ਹੋਏਗਾ। ਸਰ ਤੁਸੀਂ ਕੀ ਸਮਝਦੇ ਹੋ ਇੰਨਾ ਟਾਈਮ ਬਾਅਦ ਲੈ ਕੇ ਆਉਣ ਪਿੱਛੇ ਕੀ ਵੱਡਾ ਕਾਰਨ ਕੀ ਹੋ ਸਕਦਾ? ਪੰਜਾਬ ਗਵਰਨਮੈਂਟ ਜੋ ਪਹਿਲਾਂ ਇੱਕ ਫੇਲਿਅਰ ਹੋਈ ਸੀਗੀ, ਸ਼ਾਇਦ ਉਸਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਏਗੀ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਕਿ ਇੰਨਾ ਕੁ ਵੱਡਾ ਰੋਲ ਹੋਏਗਾ। ਬਾਕੀ ਟ੍ਰਾਇਲ 'ਤੇ ਦੇਖਾਂਗੇ ਕੀ ਐਵੀਡੈਂਸ ਲੈ ਕੇ ਆਉਂਦੇ ਨੇ ਇਹ।